ਕੋਈ ਜ਼ਾਕਰੀ ਦਾਅਵੇ ਨਹੀਂ, ਗਦਾਗਰੀ ਹੈ, ਆਜਜ਼ੀ ਹੈ, ਪਾਕ ਦਰ ਤੂੰ ਜਿਤਨਾ ਵੀ ਜ਼ਿਕਰ ਕਰੀਂਦਾ ਹੈ, ਜਿੱਥਾਂ ਵੀ ਕਰੀਂਦਾ ਹੈ, ਖੁਸ਼ਨੂਦੀ ਆਲੇ ਮੁਹੰਮਦ ਵਾਸਤੇ ਕਰੀਂਦਾ, ਨਾਂ ਦੀ ਜ਼ਰੂਰਤ ਹੀ ਨਹੀਂ। ਜਿੱਤ ਭੇਣ ਦੇ ਸਾਹਮਣੇ 72 ਜਨਾਜ਼ਾ ਹੋਵੇ, ਉੱਠ ਨਾਂ ਦੀ ਭਲਾ ਕੋਈ ਲੋੜ ਹੀ ਨਹੀਂ। ਉਹ ਨਾਂ ਤੋਂ ਪਹਿਲੇ ਸਾਹ ਮੁੱਕ ਵਜਣ ਤਾਂ ਚੰਗੀ ਗੱਲ ਹੈ। ਮੇਰੇ ਬਾਅਦ ਮੇਰੇ ਨਿਹਾਇਤੀ ਵਾਜਬ ਇਹਤਰਾਮ ਮੇਰੇ ਚਾਚੇ ਦੀ ਜਾਨ, ਮਾਲਿਕ ਜ਼ਿੰਦਗੀ ਅੰਦਰ ਅਰਜ਼ ਫਰਮਾਵੇ, ਤੋ ਇਜਾਜ਼ਤ ਹੋਵੇ ਇਸ਼ਕ ਦੀ ਇਬਾਦਤ ਸ਼ੁਰੂ ਕਰੀਏ। ਬਾਬਾ ਤੁਸੀਂ ਆਪ ਤਾਂ ਸਲਵਾਦ ਪੜ੍ਹਦੇ ਵੇ ਤੇ ਇਹ ਲਾਲੇ ਸਲਵਾਦ ਹੌਲੇ ਪੜ੍ਹਦੇ ਨੇ, ਰਲ ਕੇ ਬਾ ਜਮਾਤ ਸਲਵਾਦ ਪੜ੍ਹੋ। ਜਿਤਨਾ ਜਿਤਨਾ ਵਾਰਸਾ ਨਾਲ ਮਵੱਦਤ ਹੈ ਸਬੂਤ ਦਿਓ, ਬੁਲੰਦ ਸਲਵਾਦ ਪੜ੍ਹੋ, ਥੋੜਾ ਮਹਿਕ ਖੋਲੋ ਮਹਿਕ।
سلاکے آلو انج بھین کو چاہ کے ٹرن لگے جی میں مولا والی کربلا کربلا دے میدان چن بچڑے کو چاہے دامن نو چکیے یہ جوانی مڑ کے دی تل تو دھوپت بان علی بی بی کھڑی رو دی رونیے میری سہ روکے ادی ایک لالا ٹھہر بیمار ملائی ہمینا تمڑی تے لائی ون او میرا مک گیا رشتہ اولاد والا میں کو دھیدا موہ چموائی صدقے صدقے ہاتھ نہ بجا جوانی مڑ لو کرا مک گیا رشتہ اولاد والا میں کو دھیدا موہ جڑے جوان رو دے بیٹھے ہو اگلی 17 دوالے واسطے میں سب کے تھی وہاں بی بی یاری کچھ حصہ پگدا کھل کے بچڑا چادر میرے سامنے کفا کفا نہ پوئی صدقے جی بابا جی بابا میں کہ مزدور تو منگ دیا چادر میرے سامنے کفا کفا نہ پوئی وائی بند بھی پڑا جا آزان دے بعد نمازی سید بین دے جنازے دا اعلان آپ کھڑا کریں کی تا شام چ ایک اعلان میری چون سالاں دی بھین ای لوگو جڑی ٹر گئی وچ قسم جوا گئن شہزادہ علی اکبر تو وڈا نقصان آوے شام وچ سیدا دا ایدا کوئی نہیں میاد آ چوڑ والا تواڈے شہر چ مہمان او کوئی آن شریک جنازہ ہوے میرا تھی گئے بہو جتنے ادادار وین کر کے رو دے پیو میرے بعد ہی میرے بزرگ پڑھن والے ایک بزرگاں دا جملہ دا چاہتا درجات بلند ہون سلطان دا کریم بابا صابر حسین شاہ دے ہائے آزان دے بعد نمازی سید تے کیتا شام وچ ایک اعلان میری چون سالاں دی بھین ای لوگو جڑی ٹر گئی اے وچ زندہ میں صدقے تھیوا جتنے آزادار وین کر کے رونے ہو جویں ذاکر دی مصائب پنی و خرائط ہوندی ہے تیری ہنجو پنی ہوئے ہوندی ہے رومن علی آزادار ہو میں عرض بھی اکرے نام درجات بلند ہوئے سلطان و ذاکرین بابا صابر حسین شاہ بھی حلالے دے اوپر دے ہونے نی بی بی دا مکانی بندے نہ روئے تا انہاں دا اپنا مقدر ہے دا پہلا مکانی تا 40 سال رات رو گئے اوئے تے پڑھ دے اونے ہن جو مہاتم لوٹے بھیڑ دکھی دے بیٹھا بند رضا رضا دیکھو واہ واہ صدقے صدقے جو مہاتم لوٹے بھیڑ دکھی دے بیٹھا بند رضا رضا جوانی مارے بھیڑا کو نصیب ہوئے بھائی رقم معصوم دے موتے عابد بیٹھا دے حولے جوانی مارے
ਸਈਆਂ ਦਾ ਨਾ ਪਿਓ ਗੋ ਸ਼ਾਮ ਦੇ ਹਾਲ ਦੇਵੇ ਉਹ ਰੱਖੇ ਵੀਰ ਗਰੀਬ ਦਿਓ ਰੋ ਰੋ ਕੇ ਆਦਾ ਬੈਠਾ ਈ ਚੋਲੇ ਵਿੱਚ ਉਹ ਪਿਆ ਦਫਨ ਕਰੇ ਲਾਲੀ ਵੀ ਕਫਨ ਸਜਾ ਸਈਆਂ ਦੇ ਅੱਜ ਮਦੀਨਾ ਹੋਵੇ ਹਾ ਅੱਜ ਅਕਬਰ ਫਿਰਾ ਆਬਾਦ ਰਹੋ ਵਸਦੇ ਰਹੋ ਧੀਆਂ ਅਲੀ ਦੀਆਂ ਰਾਜ਼ੀ ਹੋਵਨ ਮੇਰਾ ਦਿਲ ਲੱਗਦਾ ਮੈਂ ਮਾਤਮ ਦਾ ਜੁਮਲਾ ਪੜਾ ਹੱਥ ਮਲੂਡੇ ਵੇਣ ਦੁਖੀ ਦੇ ਬੈਠਾ ਬੰਦ ਰਜ਼ਾ ਦੇਖੋ ਮੈਂ ਸਦਕੇ ਥੀਵਾ ਰਕਮ ਮਾਸੂਮ ਦੇ ਮੂੰਹ ਤੇ ਆਬੇਦ ਬੈਠਾ ਯਾਦ ਆਏ ਹੌਲੇ 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 ਆਬਾਦ ਰਹੋ ਮਾਲਕ ਹੰਝੂ ਕਬੂਲ ਫਰਮਾਵੇ ਢੇਰ ਸਾਰੇ ਨੌਜਵਾਨਾਂ ਦਾ ਹੁਕਮ ਏ ਤੂੰ ਬੀਬੀ ਦੇ ਵਹਿਣ ਸੁਣੋ ਜਿਹਦੀ ਜ਼ਿੰਦਗੀ ਧੁੱਪਾਂ ਤੇ ਗੁਜ਼ਰ ਗਈ ਅਗਰ ਤੇਰੀ ਤਬੀਅਤ ਹੋਵੇ ਮਸਾਇਬ ਸੁਣਨ ਦੀ ਤਾਂ ਮੈਂ ਪੜਾਂ ਚਾਹ ਔਲਾਦਾਂ ਜਿਹੜੀਆਂ ਹੁੰਦੀਆਂ ਉਹ ਦੌਲਤ ਹੁੰਦੀਆਂ ਉਹ ਜਾਇਦਾਦਾਂ ਹੁੰਦੀਆਂ ਨਹੀਂ ਜਾਂ ਮੇਰੀ ਸੈਣ ਦੀ ਪਾਕ ਝੋਲੀ 'ਚ ਦੋ ਰੌਣਕਾਂ ਅੱਲਾ ਅਤਾ ਕੀਤੀਆਂ ਪੁੱਤਰ ਕਰਬਲਾ ਦੀ ਜ਼ੀਨਤ ਮੇਰੇ ਨਾਲ ਨਾਲ ਸਫ਼ਰ ਕਰੀ ਮੈਂ ਸਿਰਫ ਮਾਤਮ ਦਾ ਜੁਮਲਾ ਪੜ੍ਹਨਾ ਹੈ ਪੁੱਤਰ ਕਰਬਲਾ ਦੀ ਜ਼ੀਨਤ ਸਦਕੇ ਥੀ ਪੋਵਾਂ ਬੜੇ ਦੁੱਖੇ ਜਿਹੇ ਲਫ਼ਜ਼ ਆਖੇ ਨੇ ਜਿਹੜਾ ਗਰਮ ਹਵਾ ਦੇ ਡਾ ਦੇ ਨਹੀਂ ਕਰਬਲਾ ਦੀ ਤਪਦੀ ਹੋਈ ਰੇਤ ਤੇ ਅੱਲਾ ਜਾਣੇ ਮਾਂ ਦੀ ਝੋਲੀ ਬਗੈਰ ਸੁੱਤਾ ਕੀ ਰਿਹਾ ਇਹ ਲਫ਼ਜ਼ ਆਖੇ ਰੋਣ ਵਾਲੇ ਆਜ਼ਾਦਾ ਰੋ ਅੱਛਾ ਪੁੱਤਰਾਂ ਦੀਆਂ ਕਬਰਾਂ ਦੂਰ ਹੋਵਣ ਨਾ ਤਾਂ ਕੋਈ ਹਰਜ ਨਹੀਂ ਸਾਡੇ ਇਲਾਕੇ ਦਾ ਇੱਕ ਸੈਦ ਈ ਜ਼ਾਕਿਰ ਬਾਬਾ ਸੈਦ ਜ਼ੁਰੀਅਤ ਸ਼ਾਹ ਸਾਹਿਬ ਦਾ ਸ਼ਗਿਰਦ ਈ ਸੈਦ ਮੁਸੱਵਰ ਬਾਦਸ਼ਾਹ ਉਹ ਜ਼ਿਆਰਤ ਤੇ ਗਏ ਹੋਏ ਹਨ ਤੁਸੀਂ ਸ਼ਾਇਦ ਨਾਲ ਉਸ ਗਵਾਹੀ ਦੇ ਛੁੜਿਆ ਉਹਨਾਂ ਦਾ ਕੁੰਮ ਦੇ ਵਿੱਚ ਐਕਸੀਡੈਂਟ ਹੋਇਆ ਅਤੇ ਉਹ ਮੌਕੇ 'ਤੇ ਸ਼ਹੀਦ ਹੋ ਗਿਆ ਬਾਵੇ ਹੁਣੀ ਕਾਲ ਕੀਤੀ ਵਾਪਸ ਸਾਡੇ ਲਈਏ ਦਾ ਜੀ ਉਹਨਾਂ ਕਿ ਜੀ ਉਹਨਾਂ ਦੀ ਮਾਂ ਨਾਲ ਗੱਲ ਕੀਤੀ ਅਗਰ ਆਖੋ ਮੈਂ ਫਿਰਦਾਂ ਮੇਰੇ ਕੋਲ ਮੌਲਾ ਦਾ ਲੰਗਰ ਦੀ ਤਦਰੇ ਤੇਰੇ ਪੁੱਤਰ ਦੀ ਲਾਸ਼ ਵਤਨ 'ਤੇ ਆਵੇ ਮਾਂ ਦਾ ਜਿਗਰ ਅਤੇ ਹੌਸਲਾ ਦੇਖਣਾ ਮਾਂ ਕਿ ਨਹੀਂ ਬਿਸਮਿਲਾ ਉੱਥੇ ਦਫ਼ਨ ਕਰ ਛੋੜੋ ਸਾਰਿਆਂ ਆਖੇ ਬਹਿਣਾ ਆਖੇ ਬਿਰਾਵਾਂ ਆਖੇ ਕਿਉਂ ਨਹੀਂ ਵੀ ਆਖਾ ਜੋ ਵਾਪਸ ਬੁਲਾ ਮਾਂ ਰੋ ਕੇ ਆਧੀ ਕਿਆ ਥੀ ਪਿਆ ਜੋ ਮੈਂ ਇੱਕ ਦੂਰ ਸਮਝਦੀ ਸੀ ਜਿਹਦੀਆਂ ਧੀਆਂ ਦੀਆਂ ਕਬਰਾਂ ਨਾਲ ਕਬਰਾਂ ਨਹੀਂ ਮੋਮਿਨ ਤੇ ਜ਼ਾਦਾਰ ਹਨ ਨਾ ਬਾਬਾ ਪੁੱਤਰ ਕਰਬਲਾ ਸਮਝ ਗਿਆ ਪੜ੍ਹਦਾ ਮੈਂ ਅਦਬ ਨਾਲ ਹਾਂ ਸਖ਼ਤ ਲਫ਼ਜ਼ ਮੈਂ ਆਪਣੀ ਜ਼ਬਾਨ 'ਤੇ ਕਦੇ ਇਸਤੇਮਾਲ ਕੀਤੇ ਨਹੀਂ ਕਿਉਂਕਿ ਤਖ਼ਤ ਲੱਗਾ ਹੋਇਆ ਉਹਦੇ ਤੇਰੇ ਵਕਤ ਦੇ ਇਮਾਮ ਜ਼ਮਾਨਾ ਦਾ ਤੂੰ ਪਾਣੀ ਰੋਂਦਾ ਹੈ ਉਹ ਰੱਤ ਰੋਂਦਾ ਹੈ ਤੇ ਸਾਹ ਸਾਹ ਨਾਲ ਦੁਆ ਕੀਤੀ ਕਰ ਹੁਣ ਵਾਲੀਏ ਖਜ਼ਰਾ ਦਾ ਜਲਦੀ ਜ਼ਹੂਰ ਹੋਵੇ ਬਤੂਲ ਦੀਆਂ ਧੀਆਂ ਦੇ ਵਿਹੜੇ 'ਚ ਅਬਦੁਲ ਆਬਾਦ ਖੁਸ਼ੀਆਂ ਹੋਵਣ ਧੀ ਸਮ ਗਈ ਸ਼ਾਮ ਯਾਰ ਸ਼ਾਮ ਦਾ ਨਾਮ ਆਵੇ ਤਾਂ ਹਰ ਬੰਦਾ ਹੈ ਕਰੇ ਸ਼ਾਮ ਸੌਖੀ ਨਹੀਂ ਪੁੱਤਰ ਸ਼ਾਮ ਸਮਿਆ ਤਾਂ ਹਰਜ ਨਹੀਂ ਧੀ ਸੁੱਤੀ ਚਲੋ ਅਗਲੀ ਗੱਲ ਆਖਾਂ ਜੇਕੋ ਵਤਨ ਦੀ ਢੇਰ ਸਿੱਖ ਗਈ ਉਹ ਸ਼ਾਮ ਟਿਕ ਪਈ ਰੋਵਣ ਵਾਸਤੇ ਮਿੰਨਤ ਨਹੀਂ ਆਉਂਦੀ ਰੋਵਣ ਵਾਸਤੇ ਲਫ਼ਜ਼ ਹੁੰਦੇ ਜਿਹੜੇ ਅਸੀਂ ਪੇਸ਼ ਕਰਨੇ ਹੁੰਦੇ ਜਵਾਨੀ ਮਾਣੇ ਤੇਰੀ ਵਸਤੀ ਅੰਜ ਦੀ ਕਸਮੇ
میں صدقے تھی پواں اجڑ کے ولی ای بتول دی نو وطن دے ترائے صفے ماتم لگ دی ہاں وے بتول دے اجڑے ویڑے چ چنیو ٹالیو ایک صف لگ دی ای مردان دے ویچ تیرے رت روان والے امام دے کول بھیراواں دی موت کھا گئی اس پیو دی موت مکا گئی اس آسرے بغیر بہ نہیں سکدا جوانی مانے مومن آ کے سوال کیتے مولا بابے کو ایرے زیادہ رت رون دے وے ای اگل سنے تیرے رون واسطے کافی ہے میں کو بناوٹ نہ کھڑا کرنے دا پہ میں بناوان تے تو رون نہ تیرے رون دے سبب کھڑا بنے نا رون والے لوگوں زمین تے لی کے مار کے چوتھے بادشاہ فرمیندے نے رواؤ نہیں جی میں بابے کو رون دا حق ہے اوے سزا ادا نہیں کیتا سید ادے معاشر تے میں جیواں ہاں بابے کو رج کے رواں رون والے لوگوں مولا رات روندے وے جوانا کو غریب ادے ارمان تے لیکن میدان دی زینت ہوندن جوان سید ادے رات دا پوچھے وے تے شام دا دربار میں کو کھا گئے جدا مثل شروع ہوئی ہے نا ایک کمینہ ایک دفعہ میرے بابے دا نام چاہنا یارہ دفعہ میری پھوپھی دا نام چاہنا میں دا مو کمینہ اور یان نا نچا جدا نا اور یان چاہنا بیٹھے ہیں اے بابے تو بہو شرم کرے دی ایک صف دا ذکر سنے وے رومن علی آزادہ رو ایک دو جی صف لگ دی ہے پردہ دارا لے ملکہ شام اونو محمد دی پاک کمڑی دے کول امینت الامامت بی بی شریکت الحسین بی بی لازمی تے نہیں جو میں روکھا نام بی بی دا سپیکر تے چاواں القاب نال جو گزرتا پیاں تو بھی بہتر جان دے بی بی کتنی اوکھی تھی کہ وطن دے ولیے رون والے لوگاں مدینے دی عورتاں آ کے پوچھے نا بی بی تو کوئی شان زیادہ تکلیف ہوئی ہے زمین تے لی کے مار کے آکھیا نہ رواؤ شام وچ میں کو جانا نہ لگ کوئی نہیں کوفے میں کو زیادہ تکلیف ہوئی بی بی وجہ کے رو کے اب یہ کوفے کئی سو عورت کو میں آپ قرآن پڑھائی ہوں ادیم سجاد مہانا دکھے ٹور مت کوئی میں کو پہچان گی نے بیٹھی ہو میرے بچڑے بیٹھی ہو رومن علی آزاد آ رہا ہوں میں آخری صف دا ذکر کراں میں کو پتہ لگ ونجے تو بی بی دا مسائل سننے ایک صف لگ دی گئی دھوپ دے میں تا کم مسائب پڑھدا ہے بار بار عزاداراں دا اصرار ہوندے تو میرے کول کتنی زبان نہیں سن کے رونا ہے میں کتنے واری پڑھا رون والے عزاداراں تے جڑی وعدے کر کے دھوپاں تے جیندی رہی دو وعدے کیتے ایک پتر دے نال ایک سردار دے نال میں وین دے قریب ہاں توجہ میرے پاسے ہوئے یاز مولا ایک سردار دے نال جرا پر جبریل تے سمدا آئی او کو تتی ریت تے بلدی ریت تے ستا ریٹس بی بی ادی میرے سردار جے تے جی سا چھان دے بولو نا باسا قدیمی عزادار لگ دے بابا پتر دے نال وعدہ کیتا ہے میرے لال 96 گھنٹے دا پیاسا ہاں میں پانی دے بدلے مسلمان تی